दूरस्य सिट्टे उन्हां दे लई वी माड़े साबत हो सकदे नहीं ने। जी, इस गल ते देखो हुण सिट्टे माड़े चंगे आ बारे मैनू नहीं पता जी। क्यों? क्योंकि वो आपदी समझ दे हिसाब नाल जो उन्होंने समझ आई उस हिसाब नाल विचर रहे आ। मैं आपदी समझ नाल विचर रहा जी। हना बहुत लोग मैनू कहिंदे आ तेरे सिट्टे बड़े माड़े होणगे, क्योंकि मेरे तां तुसीं देखो जिथे बैठा अज मेरी मैं अज तक 10 साल आपदे जिंदगी दे बॉम्बे लाए आ। सो इहदा मतलब मेरी यारी दोस्ती मित्रता एक सर्कल सारा उत्थे सी, उह सारा टुट गया है ना। कल्ले इत्थे ही नहीं, होर भी फिल्म इंडस्ट्री च जदों लोकां तक गल पहुंची उहनां नूं ऐ लगदा असीं बागी होए फिरदे आ है ना। उहनां नूं ऐ लगदा भी असीं कोई रेडिकल गल्लां करी जांदे आ। ते मेरे नालों तां उहनां ने एक दूरी बना ली भी इह तां किसी होर पासे नूं तुर पिया है ना। सो इसे करके मैं कहना एक महानगर च बैठे बंदे दी समझ ते एक पंजाब च वट ते बैठे बंदे दी समझ च बहुत वड्डा फर्क। वैसे भी इक ना बाई जी इह हैरान करन वाली गल आ भी पता नहीं क्यों कुर्सी जां पार्टी ਜਿਹੜੀ ਆ ਉਹ ਵੱਡੀ ਲੱਗਣ ਲੱਗ ਪੈਂਦੀ ਤੇ ਸੂਬੇ ਤੇ ਦੇਸ਼ ਦੇ ਹੈ ਤੇ ਛੋਟੇ ਲੱਗਣ ਲੱਗ ਜਾਂਦੇ ਆ। ਇਹ ਮੈਂ ਕਦੇ ਕਦੇ ਅਕਸ਼ੇ ਕੁਮਾਰ ਨਾਲ ਵੀ ਗੱਲ ਜੋੜ ਕੇ ਦੇਖਦਾ, ਉਹ ਅੰਬਾਂ ਬਾਰੇ ਤਾਂ ਪੁੱਛਦੇ ਆ ਵੀ ਭਾਈ ਤੁਹਾਨੂੰ ਅੰਬ ਕਿਵੇਂ ਲੱਗਦੇ ਆ, ਤੁਹਾਨੂੰ ਚੁਟਕਲੇ ਚੰਗੇ ਲੱਗਦੇ ਕਿ ਨਹੀਂ, ਪਰ ਜਦੋਂ ਦੇਸ਼ ਦੀ ਸੂਬੇ ਦੀ ਗੱਲ ਆਉਂਦੀ ਆ ਉਦੋਂ ਚੁੱਪ। ਇਹ ਬਹੁਤ ਸਾਰੇ ਕਲਾਕਾਰ ਆ ਜਿਹੜੇ ਭੇਤ ਭਰੀਆਂ ਗੱਲਾਂ ਜਿਹੀਆਂ ਕਰ ਜਾਂਦੇ ਆ। ਅਸੀਂ ਚਾਹੁੰਦੇ ਹਾਂ ਵੀ ਸਾਰੇ ਨਿੱਠ ਕੇ ਮਨੁੱਖ ਦੇ ਨਾਤੇ ਦੇਸ਼ ਦੀ ਆਬੋ ਹਵਾ ਦੇ ਵਿੱਚ ਸਾਹ ਲੈਣ ਵਾਲੇ ਵਿਅਕਤੀ ਦੇ ਨਾਤੇ ਗੱਲਾਂ ਬਾਤਾਂ ਕਰ। ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਦੇ ਸੰਸਦ ਮੈਂਬਰ, ਹਾਂਜੀ, ਉਹਨਾਂ ਨੇ ਪਿਛਲੇ ਦਿਨੀ ਤੁਹਾਡੇ ਉੱਤੇ ਦੋਸ਼ ਲਾਇਆ। ਹਾਂਜੀ, ਉਹ ਕਹਿੰਦੇ ਵੀ ਸ਼ੰਭੂ ਵਾਲੇ ਮੋਰਚੇ ਦੇ ਵਿੱਚ ਤਾਂ ਖਾਲਿਸਤਾਨ ਦੇ ਨਾਰੇ ਲੱਗਦੇ ਆ। ਹਾਂਜੀ, ਆਰਐਸਐਸ ਇਹ ਗੱਲ ਪਹਿਲਾਂ ਹੀ ਕਹਿ ਚੁੱਕੀ ਹੈ, ਬੀਜੇਪੀ ਇਹ ਗੱਲ ਪਹਿਲਾਂ ਹੀ ਕਹਿੰਦੀ ਵੀ ਇਹ ਕਿਸਾਨ ਕਸੂਨ ਨਹੀਂ ਹੈਗੇ। ਹਾਂਜੀ, ਕਿੰਨਾ ਕੁ ਸਹਿਮਤ ਹੋ? ਦੇਖੋ ਗੱਲ ਐ ਆ ਬਾਈ, ਜਦੋਂ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਇਹ ਜਿਹੜੇ ਆਪਦੇ ਬੰਦੇ ਸਾਡੇ ਆ ਨਾ, ਪੰਜਾਬ ਦਾ ਕੋਈ ਵੀ ਬੰਦਾ ਆਗੂ, ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਹੁਣ ਵੀ ਸਾਡੀ ਲੜਾਈ ਉਹਨਾਂ ਨਾਲ ਹੈ ਹੀ ਨਹੀਂ। ਉਹ ਜੋ ਕਹਿੰਦੇ ਆ ਸਿਰ ਮੱਥੇ, ਉਹਦੇ ਤੇ ਕੋਈ ਗੱਲ ਆਪਾਂ ਉਹਨਾਂ ਨੂੰ ਮੋੜ ਕੇ ਜਵਾਬ ਹੀ ਨੀ ਦਿੰਦੇ ਵੀ ਕੋਈ ਨੀ ਜੀ, ਜੋ ਤੁਸੀਂ ਅੱਜ ਤੁਹਾਨੂੰ ਜਿਵੇਂ ਲੱਗਦਾ ਜਿਵੇਂ ਤੁਹਾਡੀ ਸਮਝ ਆ ਉਹ ਸਿਰ ਮੱਥੇ ਆ ਹਨਾ। ਸਾਡੀ ਲੜਾਈ ਆ ਦਿੱਲੀ ਨਾਲ, ਦਿੱਲੀ ਤੋਂ ਕੋਈ ਕਹਿ ਕੇ ਦਿਖਾਵੇ ਮੈਨੂੰ ਕੁਛ, ਦੇਖੋ ਫਿਰ ਕਿਵੇਂ ਮੈਂ ਉਹਦੇ ਕੱਪੜੇ ਲਾਉਣਾ। ਗੱਲ ਇੱਥੇ ਆਉਂਦੀ ਆ। ਹੁਣ ਅਗਲੀ ਗੱਲ, ਜਦੋਂ ਬੀਜੇਪੀ ਜਾਂ ਆਰਐਸਐਸ ਇਹ ਕਹਿ ਰਹੀ ਆ ਵੀ ਇਹ ਤਾਂ ਅਰਬਨ ਨੈਕਸ ਲਾਈਟ ਆ, ਇਹ ਇੱਕ ਨਾ ਤੁਹਾਡੀ ਦਿਸ਼ਾ ਬਦਲਣ ਦੇ ਯਤਨ ਹੁੰਦੇ ਆ, ਤੁਹਾਡਾ ਸੰਘਰਸ਼ ਕਮਜ਼ੋਰ ਕਿਵੇਂ ਕਰਦੇ ਆ, ਤੁਹਾਨੂੰ ਤੁਹਾਡੇ ਟੀਚੇ ਤੋਂ ਭਟਕਾ ਦਿੰਦੇ ਆ ਹਨਾ। ਅਗਲਾ ਦੇਖਿਓ ਕੀ ਕਹਿਣਗੇ, ਅਗਲੇ ਕਹਿਣਗੇ ਖਾਲਿਸਤਾਨੀ ਆ ਹਨਾ। ਹੁਣ ਖਾਲਿਸਤਾਨ ਦੀ ਜੇ ਆਪਾਂ ਗੱਲ ਕਰਦੇ ਹਾਂ ਉਹ ਇੱਕ ਪੀਪਲਸ ਐਸਪੀਰੇਸ਼ਨ ਆ, ਐਸਪੀਰੇਸ਼ਨ ਸਮਝਦੇ ਹੋ, ਭਾਵਨਾ ਇੱਕ। ਜਦੋਂ ਪੰਜਾਬ ਨੂੰ ਜਦੋਂ ਇਹ ਕਹਿ ਰਹੇ ਆ ਅੱਜ ਹਿੰਦੂ ਰਾਸ਼ਟਰ ਦੀ ਗੱਲ, ਉਦੋਂ ਇਹਨਾਂ ਤੇ ਕਿਉਂ ਨੀ ਕੋਈ ਸਵਾਲ ਕਰਦਾ? ਹਿੰਦੂ ਅਸੀਂ ਕਿੱਥੇ ਜਾਈਏ ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ। ਜਦੋਂ ਪੰਜਾਬ ਨੂੰ ਲੱਗਦਾ ਸਾਡੇ ਨਾਲ ਵਿਤਕਰਾ ਹੋ ਰਿਹਾ, ਸੱਭਿਆਚਾਰਕ ਆਰਥਿਕ ਸਾਡੇ ਨਾਲ, ਵਿਚਾਰਧਾਰਕ ਸਾਡੇ ਨਾਲ ਹਰ ਤਰ੍ਹਾਂ ਦਾ ਵਿਤਕਰਾ ਹੋ ਰਿਹਾ, ਤੇ ਪੰਜਾਬ ਇੱਕ ਯੂਨੀਅਨ ਚ, ਇੱਕ ਯੂਨੀਅਨ ਆਫ ਇੰਡੀਆ ਦਾ ਹਿੱਸਾ, ਤੇ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਇਹ ਲੱਗਦਾ ਵੀ ਅਸੀਂ ਫਸਟ ਗ੍ਰੇਟ ਸਿਟੀਜ਼ਨ ਹੀ ਨਹੀਂ ਆ, ਸਾਨੂੰ ਤਾਂ ਸੈਕਿੰਡ ਗ੍ਰੇਟ ਜਾਂ ਥਰਡ ਗ੍ਰੇਟ ਸਿਟੀਜ਼ਨ ਦੀ ਤਰ੍ਹਾਂ ਸਾਡੇ ਨਾਲ ਬਿਹੇਵ ਕਰਦੇ ਆ। ਸੋ ਪੰਜਾਬ ਕਹਿੰਦਾ ਫਿਰ ਸਾਨੂੰ ਅੱਡ ਕਰ ਦਿਓ। ਨਹੀਂ ਪਰ ਵੀ ਸੋ ਇੱਕ ਮਿੰਟ, ਜਦੋਂ ਕਿਉਂ? ਕਿਉਂਕਿ ਤੁਸੀਂ ਇੱਕ ਯੂਨੀਅਨ ਚ ਕਦੋਂ ਰਹਿੰਦੇ ਹੋ? ਜਦੋਂ ਯੂਨੀਅਨ ਤੁਹਾਨੂੰ ਸਿਕਿਉਰਿਟੀ ਦੇਵੇ, ਪੀਸ ਦੇਵੇ, ਤੇ ਯੂਨੀਅਨ ਇਹ ਤੁਹਾਨੂੰ ਵਿਸ਼ਵਾਸ ਦਵਾਵੇ ਵੀ ਤੁਹਾਡੇ ਮਲਟੀਕਲਚਰਲਿਜ਼ਮ ਨੂੰ, ਤੁਹਾਡੀ ਕੌਮੀਅਤ ਨੂੰ, ਵੰਨ ਸਵੰਨਤਾ ਨੂੰ ਅਸੀਂ ਪ੍ਰੋਟੈਕਟ ਕਰਕੇ ਰੱਖਾਂਗੇ ਜਦੋਂ। ਔਰ ਅਸੀਂ ਯੂਨੀਅਨ ਨੂੰ ਕੀ ਦੇਣਾ ਹੁੰਦਾ? ਅਸੀਂ ਵਫਾਦਾਰੀ ਦੇਣੀ ਹੁੰਦੀ ਹੈ। ਜਦੋਂ ਉਹਨਾਂ ਨੇ ਉਹ ਪੀਸ ਸਿਕਿਉਰਿਟੀ ਸਾਡੀ ਵੰਨ ਸਵੰਨਤਾ ਤੇ ਹਮਲੇ ਕਰਨ ਲੱਗ ਗਏ, ਸਾਡੀ ਕੌਮੀਅਤ ਤੇ ਹਮਲੇ ਕਰਨ ਲੱਗ ਗਏ, ਫਿਰ ਸਾਡੀ ਵਫ਼ਾਦਾਰੀ ਕਿੱਥੇ ਰਹਿ ਗਈ ਯੂਨੀਅਨ ਨਾਲ? ਦੇਖੋ ਇਹ ਤਾਂ ਗਿਵ ਐਂਡ ਟੇਕ ਆ ਨਾ। ਹੁਣ ਅਸੀਂ ਉੱਥੇ ਅਕਾਲਿਸਤਾਨ ਮੰਗੀਏ, ਖਾਲਿਸਤਾਨ ਮੰਗੀਏ, ਆਜ਼ਾਦ ਪੰਜਾਬ ਮੰਗੀਏ, ਜੇ ਤੁਸੀਂ ਸਾਨੂੰ ਰੱਖੋਗੇ ਹੀ ਨਹੀਂ, ਤੁਸੀਂ ਦੱਸੋ ਇਕੱਲਾ ਪੰਜਾਬ ਮੰਗ ਰਿਹਾ? ਇਹ ਤਾਂ ਕਸ਼ਮੀਰ ਤੇ ਕਿੰਨਾ ਜ਼ੁਲਮ ਕਰੀ ਜਾਂਦੇ ਆ। ਹੁਣ ਆਪਾਂ ਕਹਿੰਦੇ ਆਪਾਂ ਖੁੱਲ ਕੇ ਨੀ ਬੋਲਦੇ, ਬੋਲੀ ਜਾਂਦਾ ਖੁੱਲ ਕੇ, ਕਸ਼ਮੀਰ ਤੇ ਜ਼ੁਲਮ ਕਰੀ ਜਾਂਦੇ ਆ। ਅਗਲੇ ਕਹਿੰਦੇ ਆ ਸਾਨੂੰ ਵੱਖ ਕਰ ਦੋ। ਹੁਣ ਆਈ ਨਾਗਾਲੈਂਡ ਨਾਗਾਸ ਤੇ ਕਰੀ ਜਾਂਦੇ ਆ, ਆਈ ਅੱਜ ਦੇਖਿਓ ਤੁਸੀਂ ਸਾਊਥ ਵਾਲੀਆਂ 7 ਸਟੇਟਸ ਪਹਿਲਾਂ ਹੀ ਕਹਿ ਰਹੀਆਂ ਵੀ ਤੁਸੀਂ ਸਾਡੇ ਤੇ ਇੱਕ ਦੇਸ਼ ਇੱਕ ਭਾਸ਼ਾ ਹਿੰਦੀ ਅਪੋਜ਼ ਕਰਦੇ ਹੋ। ਸਾਡੀ ਆਪਦੀ ਭਾਸ਼ਾ ਯਾਰ, ਹਿੰਦੀ ਵੀ ਉਵੇਂ ਇੱਕ ਖੇਤਰੀ ਭਾਸ਼ਾ ਜਿਵੇਂ ਤਾਮਿਲ ਆ ਸਾਡੀ, ਜਿਵੇਂ ਬੰਗਲਾ ਆ ਸਾਡੀ, ਜਿਵੇਂ ਪੰਜਾਬੀ ਆ ਆਪਣੀ। ਸੋ ਹਿੰਦੀ ਵੀ ਇੱਕ ਖਿੱਤੇ ਚ ਹੀ ਬੋਲੀ ਜਾਂਦੀ ਹੈ ਨਾ, ਇੱਕ ਸੈਂਟਰਲ ਇੰਡੀਆ ਦੇ ਖਿੱਤੇ ਚ। ਬਿਲਕੁਲ। ਸੋ ਗੱਲ ਇਹ ਆ ਵੀਰ ਜੀ, ਮੁੱਦਾ ਇਹ ਆ ਕਿ ਦੇਖੋ ਜਦੋਂ ਆਪਾਂ ਇਕੱਠੇ ਹੋਵਾਂਗੇ ਫਿਰ ਆਪਾਂ ਕਿਸੇ ਦੇ ਨਾਲ ਨਹੀਂ, ਹੁਣ ਫਿਰ ਇੱਥੇ ਆ ਗਏ ਹਨਾ। ਪਰ ਰਵਨੀਤ ਬਿੱਟੂ ਹੋਰੀ ਤੁਹਾਡੇ ਖਿਲਾਫ ਬੋਲੀ ਜਾਂਦੇ ਨੇ ਜਾਂ ਹੋਰ ਕੋਈ ਉਹਨਾਂ ਖਿਲਾਫ ਬੋਲੀ ਜਾਂਦਾ, ਜੇ ਸਾਡੇ ਘਰ ਦੀ ਲੜਾਈ ਹੀ ਨਹੀਂ ਸੁਲਝੂਗੀ ਤਾਂ ਅਸੀਂ ਦਿੱਲੀ ਨਾਲ ਮੱਥਾ ਕਿਵੇਂ ਲਾਵਾਂਗੇ? ਤੁਸੀਂ ਹੁਣ ਮੇਰੀ ਗੱਲ ਦੱਸੋ ਜੀ, ਅੱਜ ਤੱਕ ਮੈਨੂੰ ਕਿਸੇ ਦੇ ਖਿਲਾਫ ਬੋਲਦੇ ਸੁਣਿਆ?
अज तक मेरे खिलाफ बहुत बोल के कलाकार भी बोल के पॉलिटिशियंस भी बोल के पर मैं नहीं अज तक किसी के खिलाफ बोलता है ना। साडा हुण गल आए हैं जदों तुसी एक लड़ाई लड़नी है ना ये गल थोड़ी जमा सही है इकट्ठे होके लड़ी जानी चाहिए है ना। एक सिद्धांत ते इकट्ठे होईदा हुंदा हुण एक फलसफे ते इकट्ठे होईदा हुंदा फलसफा गुरु नानक साहब दा है ना। जदों उन्होंने जिवें जिन्हां चीज़ां दा प्रचलित धारावां दा खंडन कीता सी असीं उस गुरु नानक साहब दे इनकलाब तो गुरु नानक साहब दे फलसफे तो सीध लैनी है ना। जदों हुण उसे दसे जामिया च आके उन्होंने एक गल कीती भी मानस की जात सबे एको पहचान वो ठीक है। आपां दर्जा बदर्जी ऊंच नीच किसे पासे जा ही नहीं रहे असीं तां इह कह रहे हां साडी कौमियत पंजाब दा अज मसला पंजाब दा जे मसला तां पंजाब दी लड़ाई जे जितनी आ तां पंजाब च जिहड़े मर्जी वर्ग बैठे होण जट चौर छिंबे नाई सैनी दलित हिंदू मुस्लिम साडे सारे अणखी आ सारे नूं इकट्ठे हो के लड़नी चाहीदी आ इह मैं मन्नदा। इसे करके तुसीं देखोगे मैं सिधांतक तौर ते किसे दी गल ਪਰਸਨੈਲਿਟੀ ਵਾਈਜ਼ ਜਾਂ ਨਾਂ ਲੈ ਕੇ ਨਹੀਂ ਕਰਦਾ ਹੁੰਦਾ ਮੈਂ ਹਮੇਸ਼ਾ ਸਿਧਾਂਤਾਂ ਦੀ ਗੱਲ ਕਰਦਾ ਵੀ ਜੇ ਅੱਜ ਅਸੀਂ MSP ਦੀ ਲੜਾਈ ਲੜ ਰਹੇ ਹਾਂ ਤਾਂ ਲੜਾਈ MSP ਦੀ ਨਹੀਂ ਆ ਸਾਡੀ ਲੜਾਈ MSP ਦੇ ਨਾਲ ਨਾਲ ਸਾਡੀ ਸੱਭਿਆਚਾਰਕ ਸਾਡੀ ਹੋਂਦ ਦੀ ਲੜਾਈ ਆ ਸਾਡੀ ਕੌਮੀਅਤ ਦੀ ਲੜਾਈ ਬਾਈ ਜੀ ਸ਼ੰਭੂ ਮੋਰਚੇ ਦੇ ਉੱਤੇ ਬੈਠਿਆ ਬਹੁਤ ਚਿਰ ਹੋ ਗਿਆ ਹਾਂਜੀ ਕਦੇ ਮਨ ਦੇ ਵਿੱਚ ਖਿਆਲ ਨਹੀਂ ਉੱਠਿਆ ਵੀ ਜਾ ਕੇ ਮੋਦੀ ਦੇ ਬੰਗਲੇ ਮੂਹਰੇ ਬੈਠੀਏ ਹੁਣ ਜਾ ਕੇ ਆਪਾਂ ਪਾਰਲੀਮੈਂਟ ਦਾ ਘਰਾਓ ਕਰਨ ਵੱਲ ਵਧੀਏ ਹਾਂਜੀ ਕਦੇ ਏਦਾਂ ਦਾ ਖਿਆਲ ਆਇਆ ਕਿ ਨਹੀਂ ਹਾਲੇ ਦੇਖੋ ਇਹ ਸਾਡੀ ਤਾਸੀਰ ਆ ਇਦੂ ਵੀ ਉਤਲੇ ਖਿਆਲ ਆਏ ਆ ਵੀ ਯਾਰ ਜੇ ਗੱਲ ਨਹੀਂ ਬਣਦੀ ਤਾਂ ਕੋਈ ਨੀ ਫਿਰ ਹਨਾ। ਪਰ ਇੱਕ ਹੋਰ ਗੱਲ ਹੁੰਦੀ ਆ ਤੁਹਾਨੂੰ ਸਮਾਂ ਵੀ ਦੇਖਣਾ ਪੈਂਦਾ। ਅੱਜ ਲੋਕਾਂ ਨੂੰ ਜੇ ਤੁਸੀਂ ਪਹਿਲਾਂ ਲਾਮਬੰਦ ਕਰਨਾ ਵੱਧ ਤੋਂ ਵੱਧ ਤੇ ਜਦੋਂ ਵੱਧ ਤੋਂ ਵੱਧ ਲਾਮਬੰਦ ਕਰਨਾ ਉਹਨਾਂ ਦੀ ਘੱਟ ਤੋਂ ਘੱਟ ਐਨਰਜੀ ਲੱਗੇ ਘੱਟ ਤੋਂ ਘੱਟ ਲੋਕਾਂ ਦੀ ਐਨਰਜੀ ਵੇਸਟ ਹੋਵੇ ਹਨਾ। ਲੋਕਾਂ ਨੂੰ ਇੱਕ ਪੀਸਫੁਲ ਜਿਹੜੀ ਰੈਜ਼ਿਸਟੈਂਸ ਹੋਣੀ ਚਾਹੀਦੀ ਆ ਔਰ ਪੈਸਿਵ ਰੈਜ਼ਿਸਟੈਂਸ ਹੋਣੀ ਚਾਹੀਦੀ ਆ। ਐਕਟਿਵ ਰੈਜ਼ਿਸਟੈਂਸ ਦਾ ਹਜੇ ਟਾਈਮ ਨਹੀਂ ਆਇਆ ਜਦੋਂ ਆਊਗਾ ਦੇਖਾਂਗੇ ਆਪਾਂ। ਹਜੇ ਤਾਂ ਜਿਵੇਂ ਆਪਾਂ ਬੈਠੇ ਹਾਂ ਹੋ ਸਕਦਾ ਤੁਹਾਡੇ ਵਿਚਾਰ ਕੁਛ ਹੋਰ ਹੋਣ ਮੇਰੇ ਕੁਛ ਹੋਰ ਹੋਣ ਜਦੋਂ ਤੱਕ ਆਪਣਾ ਇੱਕਾ ਨਹੀਂ ਬਣਦਾ ਉਦੋਂ ਤੱਕ ਐਕਟਿਵ ਰੈਜ਼ਿਸਟੈਂਸ ਦਾ ਟਾਈਮ ਨਹੀਂ ਆ। ਹਜੇ ਤੱਕ ਤਾਂ ਆਪਾਂ ਅੰਦਰੂਨੀ ਲੜਾਈ ਇੱਕ ਹੋਣ ਦੀ ਉਹ ਲੜੀ ਜਾਂਦੇ ਹਾਂ ਸੋ ਪਹਿਲਾਂ ਤਾਂ ਸਾਨੂੰ ਅੰਦਰੂਨੀ ਲੜਾਈ ਇੱਕ ਲੜਕੇ ਇੱਕ ਪਲੇਟਫਾਰਮ ਤੇ ਆਉਣਾ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਕਿਹਾ ਏਕੇ ਤੋਂ ਬਿਨਾਂ ਸਾਡੀ ਜਿੱਤ 1699 ਚ ਪਈ ਆ ਸਾਡੀ ਜਿੱਤ ਸਰਹੰਦ ਦੀ ਜਦੋਂ ਸੂਬਾ ਸਰਹੰਦ ਦੇ ਖਿਲਾਫ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਸੀ ਉਹਦੇ ਚ ਪਈ ਆ ਕਿਉਂਕਿ ਗੁਰੂ ਸਾਹਿਬ ਨੇ ਸਭ ਨੂੰ ਇੱਕ ਕਰਤਾ ਸੀ ਇੱਕ ਪਲੇਟਫਾਰਮ ਦੇਤਾ ਸੀ। ਜਦੋਂ ਸਰਹੰਦ ਦੀ ਲੜਾਈ ਲੜੀ ਗਈ ਤਾਂ ਉਦੋਂ ਗੁਰੂ ਕੀ ਫੌਜ ਮਤਲਬ ਉਹਦੇ ਚ ਚੋਰ ਡਾਕੂ ਸਾਧ ਸਭ ਇਕੱਠੇ ਲੜੇ ਕਿਉਂ ਸਰਹੰਦ ਨੂੰ ਜਿੱਤਣਾ ਸੂਬੇ ਨੇ ਜੋ ਜ਼ੁਲਮ ਕੀਤਾ ਉਹਦੇ ਖਿਲਾਫ ਲੜਨਾ ਅੱਜ ਦਿੱਲੀ ਨੂੰ ਜਿੱਤਣਾ ਦਿੱਲੀ ਦੇ ਖਿਲਾਫ ਲੜਨਾ ਸਾਨੂੰ ਇਕੱਠੇ ਤਾਂ ਹੋਣਾ ਪੈਣਾ। ਦੇਖੋ ਇਹ ਗੱਲ ਤਾਂ ਪੱਕੀ ਆ ਪਰ ਬਾਈ ਜੀ ਇੱਕ ਸਵਾਲ ਹੋਰ ਵੀ ਆ ਬਈ ਤੁਸੀਂ ਦੇਖੋ ਨਿੱਠ ਕੇ ਲੜਾਈ ਲੜਨ ਦੀ ਗੱਲ ਕਰਦੇ ਹੋ ਇਹ ਵਧੀਆ ਗੱਲ ਹੈ ਹਾਂਜੀ ਲੜੀ ਜਾਓ ਤੇ ਇਹਦੇ ਨਤੀਜੇ ਸਾਰਥਕ ਨਿਕਲਣ ਇਹ ਵੀ ਬਹੁਤ ਚੰਗੀ ਗੱਲ ਹੈ ਬਿਲਕੁਲ ਜੀ। ਪਰ ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਦੀਪ ਸਿੱਧੂ ਦੀ ਇੱਕ ਰਾਜਨੀਤਿਕ ਮਨਸ਼ਾ ਹਾਂਜੀ ਉਹ ਰਾਜਨੀਤੀ ਦੇ ਵਿੱਚ ਪੱਕੇ ਪੈਰੀ ਹੋਣ ਦਾ ਚਾਹਵਾਨ ਆ ਹਾਂਜੀ ਸ਼ਾਇਦ ਆਉਂਦੀਆਂ ਚੋਣਾਂ ਦੇ ਵਿੱਚ ਟਿਕਟ ਦਾ ਚਾਹਵਾਨ ਵੀ ਹੋਵੇ ਸ਼ਾਇਦ ਕਿਸੇ ਦੇ ਇਸ਼ਾਰੇ ਦੇ ਉੱਤੇ ਵੀ ਇਹ ਲੜਾਈ ਲੜ ਰਿਹਾ ਹੋਵੇ ਕੋਈ ਹੈ ਰਾਜਨੀਤਿਕ ਉਡਾਰੀ ਭਰਨ ਦੀ ਇੱਛਾ ਜਾਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਪਹਿਲੀ ਗੱਲ ਇੱਥੇ ਮੈਂ ਇਹਦਾ ਜਵਾਬ ਸਿੱਧਾ ਕਰ ਦਿੰਦਾ ਵੀ ਮੈਂ ਇਲੈਕਸ਼ਨ ਨਹੀਂ ਲੜ ਰਿਹਾ ਠੀਕ ਆ। ਹੁਣ ਜੇ ਮੈਂ ਇਲੈਕਸ਼ਨ ਲੜਨੀ ਹੁੰਦੀ ਤਾਂ ਮੇਰੇ ਕੋਲ ਤਾਂ ਬਹੁਤ ਵੱਡਾ ਪਲੇਟਫਾਰਮ ਸੀ ਨੈਸ਼ਨਲ ਲੈਵਲ ਦਾ ਪਲੇਟਫਾਰਮ ਸੀ ਜਿਹੜੇ ਹੋ ਸਕਦਾ ਮੈਨੂੰ MLA ਤੋਂ ਗਾਂ MP ਦੀ ਇਲੈਕਸ਼ਨ ਵੀ ਲੜਾ ਜਾਂਦੇ ਕਿਉਂਕਿ ਬੰਦੇ ਨੂੰ ਬੋਲਣਾ ਆਉਂਦਾ ਹੋਵੇ ਬੰਦੇ ਦੀ ਮਕਬੂਲੀਅਤ ਹੋਵੇ ਲੋਕਾਂ 'ਚ ਜਾਣ ਪਛਾਣ ਹੋਵੇ ਹਨਾ ਤੇ ਇਹ ਦੋ ਚਾਰ ਗੱਲਾਂ ਹੀ ਹੁੰਦੀਆਂ ਪੋਲੀਟੀਕਲੀ ਤੁਸੀਂ ਥੋੜੇ ਜਿਹੇ ਅਵੇਅਰ ਹੋ ਥੋੜਾ ਜਿਹਾ ਇੰਟਲੈਕਟ ਹੋਵੇ ਤੁਹਾਡੇ 'ਚ ਤੇ ਤੁਹਾਡਾ ਬੈਕਗਰਾਉਂਡ ਕੀ ਆ ਉਹ ਵੀ ਆਪਣਾ ਕੋਈ ਇਹ ਨਹੀਂ ਵੀ ਆਪਾਂ ਕੋਈ ਚੋਰ ਡਾਕੂ ਸਾਧ ਰਹੇ ਹਾਂ ਇੱਕ ਆਮ ਇਨਸਾਨ ਦੀ ਤਰ੍ਹਾਂ ਵਿਚਰੇ ਹਾਂ ਉਹਦੇ 'ਚ ਕੋਈ ਠੱਗੀ ਠੋਰੀ ਵੀ ਨਹੀਂ ਆ ਸੋ ਇਹਦਾ ਮਤਲਬ ਉਹ ਢੁੱਕਵੇਂ ਜਿਹੜੇ ਚੀਜ਼ਾਂ ਹੁੰਦੀਆਂ ਵੀ ਜਿਹੜੀਆਂ ਰਾਜਨੀਤੀ ਵਾਸਤੇ ਜ਼ਰੂਰੀ ਆ ਉਹ ਮੇਰੇ ਕੋਲ ਸੀਗੀਆਂ ਮੈਂ ਸੜਕ ਤੇ ਮੋਰਚਾ ਪੱਕਾ ਮੋਰਚਾ ਲਾ ਕੇ ਕਿਉਂ ਬੈਠਣਾ ਸੀ ਔਰ ਜ਼ਿੰਦਗੀ ਕਿਹੜੀ ਜਿਉਂ ਰਿਹਾ ਮੈਂ ਇਹ ਵੀ ਦੇਖੋ ਕਿਹੜੀ ਜ਼ਿੰਦਗੀ ਛੱਡ ਕੇ ਆਇਆ ਅੱਜ ਕਿਹੜੀ ਜ਼ਿੰਦਗੀ ਜਿਉਂ ਨਹੀਂ ਲੜੋਗੇ ਹਨਾ ਸੋ ਚੋਣਾਂ ਨਹੀਂ ਲੜਨ ਮੈਂ ਆਇਆ ਰਾਜਨੀਤੀ ਇੱਕ ਪਲੇਟਫਾਰਮ ਜੇ ਮੈਂ ਆਪਦਾ ਚਾਹੁੰਦਾ ਤਾਂ ਰਾਜਨੀਤੀ ਪਲੇਟਫਾਰਮ ਤਾਂ ਮੈਨੂੰ ਸਾਡਾ ਚਾਹੇ ਇੱਥੋਂ ਦੀ ਖੇਤਰੀ ਸਾਡੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਜਾਂ BJP ਮੈਂ ਕਿਤੋਂ ਵੀ ਆਪਦੇ ਆਪ ਨੂੰ ਖੜਾ ਕਰ ਸਕਦਾ ਸੀ ਔਰ ਪੈਰਾਸ਼ੂਟ ਰਾਹੀਂ ਆਉਂਦਾ ਲੜ ਕੇ ਚੋਣਾਂ ਜਿੱਤ ਕੇ ਵੀ ਜਾਂਦਾ
ਹਨਾ ਐਡਾ ਕਮਾਨ ਸਨ ਮੈਨੂੰ ਆਪਦੇ ਬਠਿੰਡੇ ਵਾਲੇ ਪਾਸੇ ਸਾਨੂੰ ਮੁਕਤਸਰ ਵਾਲੇ ਪਾਸੇ ਜਾਂ ਮਾਨਸਾ ਵਾਲੇ ਪਾਸੇ ਹੈਗਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇੱਕ ਮਾਣ ਹੁੰਦਾ ਨਾ ਬੰਦੇ ਨੂੰ ਵੈਸੇ ਤਾਂ ਸਾਰੇ ਪੰਜਾਬ ਤੇ ਹੀ ਆ ਪਰ ਗੱਲ ਅੱਜ ਦੀਪ ਸਿੱਧੂ ਦੀ ਰਾਜਨੀਤਿਕ ਪਲੇਟਫਾਰਮ ਦੀ ਨਹੀਂ ਆ ਮੈਂ ਚੋਣਾਂ ਲੜਨ ਨਹੀਂ ਆਇਆ ਔਰ ਚੋਣਾਂ ਲੜ ਕੇ ਵੀ ਮੈਂ ਕੀ ਕਰ ਲੂੰਗਾ ਮੈਂ ਤਾਂ ਸੰਘਰਸ਼ ਲੜਨ ਆਇਆ ਪੰਜਾਬ ਖਾਤਰ ਪੰਜਾਬ ਦੇ ਲੋਕਾਂ ਖਾਤਰ ਸਾਡੀ ਧਰਤੀ ਖਾਤਰ ਮਾੜੀ ਮੋਟੀ ਆਪਦੀ ਵਫਾਦਾਰੀ ਨਿਭਾਉਣਾ ਹੈ ਤੇ ਉਨੀ ਕੁ ਸੇਵਾ ਕਰਨਾ ਹੈ ਜਿੰਨੀ ਗੁਰੂ ਸਾਹਿਬ ਲੈ ਲੈਣਗੇ ਕੀ ਤੁਹਾਨੂੰ ਕਿਸੇ ਪਾਰਟੀ ਨੇ ਹੁਣ ਤਾਈਂ ਸੰਪਰਕ ਕੀਤਾ ਵੀ ਤੁਸੀਂ ਚੁੱਪ ਹੋ ਜਾਓ ਅਸੀਂ ਤੁਹਾਨੂੰ ਟਿਕਟ ਦਿੰਦੇ ਹਾਂ ਜਾਂ ਸਾਡੀ ਪਾਰਟੀ ਚ ਆ ਕੇ ਸ਼ਾਮਲ ਹੋ ਜਾਓ ਨਹੀਂ ਜੀ ਮੈਂ ਕਿਸੇ ਪਾਰਟੀ ਚ ਸ਼ਾਮਲ ਨਹੀਂ ਫੋਨ ਆਇਆ ਨਹੀਂ ਸੰਪਰਕ ਨਹੀਂ ਕੀਤਾ ਉਹ ਕਰਨਗੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਰਾਹ ਤੇ ਤੁਰ ਪਿਆ ਔਰ ਜਿਹੜੀਆਂ ਗੱਲਾਂ ਮੈਂ ਕਹਿਣਾ ਨਾ ਬੀਜੇਪੀ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਇਹ ਤਿੰਨੇ ਹੀ ਆ ਨਾ ਪੰਜਾਬ ਚ ਇਸ ਟਾਈਮ ਤਾਂ ਤੇ ਅਕਾਲੀ ਦਲ ਜਿਹੜੀਆਂ ਜਿਹੜੀਆਂ ਪਾਰਟੀਆਂ ਦਾ ਸੰਚਾਲਨ ਦਿੱਲੀ ਤੋਂ ਹੋਊਗਾ ਉਹਨਾਂ ਦਾ ਕੋਈ ਲੈਣਾ ਦੇਣਾ ਦਿੱਲੀ ਨਾਲ ਦੀਪ ਸਿੱਧੂ ਉਹਨਾਂ ਨਾਲ ਕਦੇ ਨਹੀਂ ਬੈਠੂ ਕੀ ਤੁਹਾਨੂੰ ਕੋਈ ਵੀ ਨੇਤਾ ਕਿਉਂਕਿ ਇਸ ਵੇਲੇ ਬਹੁਤਿਆਂ ਨੇ ਟਰੈਕਟਰ ਰੈਲੀਆਂ ਵੀ ਕੀਤੀਆਂ ਕਈਆਂ ਨੇ ਕਿਹਾ ਵੀ ਅਸੀਂ ਤੋੜ ਵਿਛੋੜਾ ਵੀ ਕਰ ਲਿਆ ਬੀਜੇਪੀ ਵਾਲਿਆਂ ਨਾਲੋਂ ਕੋਈ ਕੋਈ ਦਾਅਵੇ ਕਰੀ ਜਾਂਦਾ ਕੋਈ ਕੋਈ ਦਾਅਵੇ ਕਰੀ ਕੋਈ ਕਹਿੰਦਾ ਮੇਰੇ ਮੁੰਡੇ ਨੂੰ ਈਡੀ ਦਾ ਜਿਹੜਾ ਸੰਮਣ ਆ ਉਹ ਤਾਂ ਆਉਂਦਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਕਾਨੂੰਨਾਂ ਖਿਲਾਫ ਬਿੱਲ ਪਾਸ ਕੀਤੇ ਆ ਕੀ ਤੁਹਾਨੂੰ ਅਸਲ 'ਚ ਇਹਨਾਂ 'ਚੋਂ ਕੋਈ ਵੀ ਪੰਜਾਬ ਹਿਤੈਸ਼ੀ ਜਾਂ ਕਿਸਾਨੀ ਦੇ ਹਿਤੈਸ਼ੀ ਲੱਗਦੇ ਨੇ ਨਹੀਂ ਕੀ ਮੰਨਦੇ ਹੋ ਕੋਈ ਲੀਡਰ ਐਸਾ ਪੰਜਾਬ ਦਾ ਹੈਗਾ ਜਿਹੜਾ ਵਾਕਈ ਇਹਨਾਂ ਲੋਕਾਂ ਬਾਰੇ ਸੋਚ ਕੇ ਦਿੱਲੀ ਤਾਈ ਜਾਊਗਾ ਜਾਂ ਦਿੱਲੀ ਵਾਲਿਆਂ ਨੂੰ ਥੋੜਾ ਜਿਹਾ ਕਹਿ ਲਓ ਝੰਝੋੜੇਗਾ ਵੀ ਤੁਸੀਂ ਕੀ ਕਰੀ ਜਾਂਦੇ ਹੋ ਥੋੜਾ ਜਿਹਾ ਕੋਈ ਦੇਖੋ ਦੇਖੋ ਤੁਸੀਂ ਅੱਜ ਤੱਕ ਜਿਹੜਾ ਪੰਜਾਬ ਹਿਤੈਸ਼ੀ ਜੇ ਕੋਈ ਲੀਡਰ ਹੁੰਦਾ ਸਾਡੇ ਨਾਲ ਧਰਨਿਆਂ ਮੋਰਚਿਆਂ 'ਚ ਬੈਠੇ ਹੋਣੇ ਸੀ ਸੰਘਰਸ਼ ਦੀ ਜਿਹੜੀ ਇਹ ਪੋਲਿਟਿਕਸ ਆ ਉਹਨਾਂ ਨੇ ਕਰਨੀ ਚਾਹੀਦੀ ਸੀ ਆਪਦਾ ਪਾਰਟੀ ਦੇ ਏਜੰਡੇ ਛੱਡ ਕੇ ਆਪਦੇ ਝੰਡੇ ਛੱਡ ਕੇ ਵੀ ਨਹੀਂ ਜੀ ਪੰਜਾਬ ਤੇ ਸੰਕਟ ਆਇਆ ਤੁਸੀਂ ਲੋਕੋ ਸਾਡੇ ਲੋਕ ਜਿਹਨਾਂ ਨੇ ਇੰਨਾ ਸਾਨੂੰ ਪਿਆਰ ਦਿੱਤਾ ਸਾਨੂੰ ਇੰਡੀਆ ਹੈਸੀਅਤ ਦਿੱਤੀ ਆ ਅਸੀਂ ਤੁਹਾਡੇ ਨਾਲ ਬੈਠੇ ਹਾਂ ਕੋਈ ਨੀ ਦਿਨ ਰਾਤ ਬੈਠੇ ਹਾਂ ਕੋਈ ਆਇਆ ਪਰ ਮੈਨੂੰ ਕਿਵੇਂ ਲੱਗੇ ਅੱਜ ਤੱਕ ਕੋਈ ਸ਼ਖਸੀਅਤ ਆਈ ਸੋ ਇਸ ਕਰਕੇ ਇਹ ਤਾਂ ਵੋਟਾਂ ਦੀ ਰਾਜਨੀਤੀ ਕਰਦੇ ਆ ਨਿੱਜ ਦੀ ਰਾਜਨੀਤੀ ਕੀ ਕਰਦੇ ਹੋ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਹਾਂਜੀ ਜਾਂ ਤੁਸੀਂ ਇਸ ਵਕਤ ਰਾਹ ਦੇ ਉੱਤੇ ਤੁਰੇ ਹੋਏ ਹੋ ਇਹਦਾ ਸਿੱਟਾ ਕੀ ਨਿਕਲ ਸਕਦਾ ਤੁਹਾਡੇ ਖਿਆਲ ਦੇ ਮੁਤਾਬਕ ਜੇਕਰ ਅਸੀਂ ਛੇਤੀ ਸਿੱਟਾ ਮੰਨਦੇ ਹੋਈਏ ਵੀ ਸਾਨੂੰ 2 ਮਹੀਨੇ ਲਗਭਗ ਹੋ ਗਏ ਆ ਹਾਂਜੀ ਤੇ ਕਿੰਨੀ ਕੁ ਦੇਰ ਤੱਕ ਕੋਈ ਨਾ ਕੋਈ ਸਿੱਟਾ ਸਾਹਮਣੇ ਆ ਸਕਦਾ ਦੇਖੋ ਕੇਂਦਰ ਸਰਕਾਰ ਹੰਕਾਰ ਵੀ ਆ ਉਹਨਾਂ ਚ ਤੇ ਜ਼ਿੱਦ ਵੀ ਆ ਅਸੀਂ ਜੇ ਕਹੀਏ ਵੀ ਬਹੁਤ ਛੇਤੀ ਸਾਨੂੰ ਕੋਈ ਸਿੱਟਾ ਮਿਲ ਜੂਗਾ ਇਹਦੀ ਇਹ ਲੜਾਈ ਲੰਬੀ ਆ ਇਹ ਤਾਂ ਮੰਨ ਲਈਏ ਆਪਾਂ ਹੁਣ ਔਰ ਲੜਾਈ ਆ ਗਈ ਆ ਖੁਦ ਮੁਖਤਿਆਰੀ ਤੇ ਖੁਦ ਮੁਖਤਿਆਰੀ ਜੇ ਸਾਡੇ ਕੋਲੇ ਸਾਡੇ ਫੈਸਲੇ ਲੈਣ ਦੇ ਹੱਕ ਨਹੀਂ ਆ ਜੇ ਕਿਸਾਨੀ ਦੀ ਗੱਲ ਕਰੋ ਤਾਂ ਸਾਡੀਆਂ ਫਸਲਾਂ ਦੇ ਭਾਅ ਤੈਅ ਕਰਨ ਦੇ ਹੱਕ ਸਾਡੇ ਕੋਲੇ ਨਹੀਂ ਆ ਕਹਿੰਦੇ ਖਰੀਦਣ ਵਾਲਾ ਬੰਦਾ ਵੀ ਵੇਚਣ ਵਾਲੇ ਦੀ ਫਸਲ ਤੈਅ ਕਰਦਾ ਹੁੰਦਾ ਰੇਟ ਉਹਦੇ ਖਰੀਦ ਦੀ ਸਰਕਾਰ ਆ ਸਰਕਾਰ ਹੀ ਤੈਅ ਕਰਦੀ ਆ ਔਰ ਸਾਨੂੰ ਬਿਜਲੀ ਪਾਣੀ ਰੇਹ ਮਸ਼ੀਨਾਂ ਲੇਬਰ ਵੀ ਸਰਕਾਰ ਹੀ ਦਿੰਦੀ ਆ ਉਹ ਵੀ ਰੇਟ ਉਹ ਤੈਅ ਕਰਦੇ ਆ ਤੇ ਅਸੀਂ ਜੋ ਪੈਦਾ ਕਰਕੇ ਵੇਚਦੇ ਹਾਂ ਉਹ ਵੀ ਰੇਟ ਉਹ ਤੈਅ ਕਰਦੇ ਆ ਫਿਰ ਲਾਹੇਵੰਦ ਕਿੱਥੋਂ ਹੋਊਗਾ ਸੋ ਇਹਦਾ ਮਤਲਬ ਅਸੀਂ ਇਹ ਫਿਰ ਤਾਂ ਖੁਦਕੁਸ਼ੀਆਂ ਤੇ ਕਰਜ਼ੇ ਹੀ ਚੜ੍ਹਦੇ ਹਾਂ ਬਾਈ ਆਪਣੇ ਤੇ ਔਰ ਗੱਲਾਂ ਜਦੋਂ ਆਪਾਂ ਖੁਦਕੁਸ਼ੀ ਦੀ ਕਰਦੇ ਹਾਂ ਇੱਕ ਲਫ਼ਜ਼ ਨਹੀਂ ਹੈ ਇਹ ਇੱਕ ਪੂਰਾ ਲਾਈਫ ਸਟਾਈਲ ਆ ਇਹਦੇ ਪਿੱਛੇ ਉਹ ਕਿੰਨੇ ਤਣਾਅ ਚੋਂ ਗੁਜ਼ਰਦੇ ਹੋਣਗੇ ਜਾਂ ਪੂਰਾ ਪਰਿਵਾਰ ਕਿੰਨੇ ਤਣਾਅ ਚ ਹੁੰਦਾ ਹੋਊਗਾ ਜਦੋਂ ਬੰਦਾ ਏਡਾ ਵੱਡਾ ਸਟੈਪ ਲੈ ਜਾਂਦਾ ਵੀ ਮੈਂ ਫਾਹਾ ਤਾਲਾਬੰਦੀ ਦਾ ਦੌਰ ਆ ਜਿਹੜਾ ਹਾਂਜੀ ਇਹਨੇ ਬਹੁਤ ਕੁਝ ਬਦਲਤਾ ਬੜੇ ਲੋਕਾਂ ਨੂੰ ਵਿਹਲੇ ਕਰਤਾ ਹਾਂਜੀ ਤੇ ਭਾਰਤ ਵਰਗੇ ਦੇਸ਼ ਦੇ ਵਿੱਚ ਹੋਰ ਵੀ ਇਹਦੇ ਨੁਕਸਾਨ ਸਾਹਮਣੇ ਆਉਣਗੇ ਤੇ ਆ ਵੀ ਰਹੇ ਆ ਹਾਂਜੀ ਤੁਸੀਂ ਮੰਨਦੇ ਹੋ ਵੀ ਜਿਹੜਾ ਕਲਾਕਾਰ ਭਾਈਚਾਰਾ ਜਾਂ ਜਿਹੜਾ ਵੀ ਫਿਲਮੀ ਖੇਤਰ ਨਾਲ ਜੁੜਿਆ ਵਰਗ ਆ ਉਹ ਵੱਧ ਇਸ ਕਰਕੇ ਇਹਨਾਂ ਧਰਨਿਆਂ ਦੇ ਵਿੱਚ ਆਇਆ ਕਿਉਂਕਿ ਪ੍ਰੋਗਰਾਮ ਕੋਈ ਨਹੀਂ ਸੀ ਫਿਲਮਾਂ ਦੀਆਂ ਸ਼ੂਟਿੰਗਾਂ ਬੰਦ ਸੀ ਹਾਂਜੀ ਸਾਰੇ ਕੰਮ ਕਾਰ ਠੱਪ ਸੀ ਇਸ ਕਰਕੇ ਸ਼ਾਇਦ ਆਇਆ ਹੋਵੇ ਨਹੀਂ ਜਿਹੜਾ ਕਲਾਕਾਰ ਆਇਆ ਗਾਇਕ ਆਇਆ ਸਮਾਜ ਸੇਵੀ ਆਇਆ ਉਹ ਦਿਲੋਂ ਆਇਆ ਜੇ ਅੱਜ ਤੁਹਾਡੇ ਨਾਲ ਖੜਾ ਨਾ ਇੱਕ ਪਾਸੇ ਉਹ ਦਿਲੋਂ ਖੜਾ ਬਾਈ ਇਹ ਗੱਲ ਤੁਸੀਂ ਮੰਨ ਲਓ ਕੋਈ ਆਪਦੇ ਇਸ ਖਾਤਰ ਨਹੀਂ ਆਇਆ ਵੀ ਮੈਨੂੰ ਕੋਈ ਇਹਦਾ ਲਾਭ ਹੋ ਜਾਊਗਾ ਬਹੁਤ ਹੋਰ ਤਰੀਕੇ ਆ ਮੇਰੀ ਫਿਲਮ ਹੁਣ ਸ਼ੂਟਿੰਗ ਸਟਾਰਟ ਹੋਣੀ ਸੀ ਆਪਾਂ ਅਨਾਊਂਸ ਕਰਨੀ ਸੀ ਛੱਡੀ ਬੈਠੇ ਹਾਂ ਹੋਰ ਬਹੁਤ ਬੰਦੇ ਆਈ ਬਹੁਤ ਕੁਛ ਛੱਡੀ ਬੈਠੇ ਹੋਣੇ ਆ ਹਨਾ ਸੋ ਸਾਨੂੰ ਟਰਸਟ ਕਰਨਾ ਪਊਗਾ ਆਪਦੇ ਬੰਦਿਆਂ ਤੇ ਬਹੁਤ ਜ਼ਰੂਰੀ ਆ ਐਵੇਂ ਲੱਤਾਂ ਖਿੱਚਣ ਨੂੰ ਤੌਮਤਾਂ ਲਾਉਣ ਨੂੰ ਜਿਵੇਂ ਮਰਜ਼ੀ ਲਾਈ ਜਾਈਏ ਪਰ ਟਰਸਟ ਕਰੋ ਉਹਨਾਂ ਤੇ ਉਹ ਐਡੇ ਹਿਸਾਬੀ ਕਿਤਾਬੀ ਨਹੀਂ ਆ ਇਹ ਤਾਂ ਉਹੀ ਗੱਲ ਆ ਵੀ ਤੁਸੀਂ ਹੱਟ ਤੇ ਬੈਠੇ ਹੋ ਲਾਲਾ ਜੀ ਤੇ ਅਸੀਂ ਵੱਟ ਤੇ ਬੈਠੇ ਹਾਂ ਅੱਜ ਆਪਾਂ ਵੱਟ ਤੇ ਹੀ ਬੈਠੇ ਹਾਂ ਅਸਲ ਰੂਪ ਚ ਹੀ ਬੈਠੇ ਹਾਂ ਪਰ ਜਦੋਂ ਜ਼ਿੰਦਗੀ ਦੁਬਾਰਾ ਲੀਹ ਦੇ ਉੱਪਰ ਆ ਗਈ ਜਦੋਂ ਦੁਬਾਰਾ ਸ਼ੂਟਿੰਗਾਂ ਸ਼ੁਰੂ ਹੋ ਗਈਆਂ ਪ੍ਰੋਗਰਾਮ ਲੱਗਣ ਲੱਗ ਗਏ ਕਿ ਉਦੋਂ ਜੇ ਪੰਜਾਬ ਦੇ ਕਿਸਾਨ ਨੂੰ ਜਾਂ ਆਮ ਬੰਦੇ ਨੂੰ ਕਲਾਕਾਰ ਭਾਈਚਾਰੇ ਦੀ ਲੋੜ ਪਏਗੀ ਤਾਂ ਕੀ ਇਹ ਭਾਈਚਾਰਾ ਉਦੋਂ ਵੀ ਨਾਲ ਖੜੇਗਾ ਬਿਲਕੁਲ ਦੇਖੋ ਅੱਜ ਹੁਣ ਸ਼ੂਟਿੰਗਾਂ ਸ਼ੁਰੂ ਹੋ ਗਈਆਂ ਜੀ ਹੁਣ ਗਾਣਿਆਂ ਦੀਆਂ ਵੀ ਫਿਲਮਾਂ ਦੀਆਂ ਵੀ ਸਭ ਕੁਝ ਹੋਈ ਜਾਂਦਾ
ਹਨਾ ਥੀਏਟਰ ਵੀ ਖੁੱਲ ਗਏ ਪਰ ਅਸੀਂ ਬੈਠੇ ਆ ਨਾ ਜਿਹੜੇ ਜਿਹੜੇ ਅੱਜ ਬੈਠੇ ਆ ਉਹ ਨਾਲ ਆ ਹੁਣ ਤੁਸੀਂ ਇਹ ਪਛਾਣ ਲਓ ਕਿਹੜੇ ਕਿਹੜੇ ਬੈਠੇ ਆ ਸੋ ਇਸ ਕਰਕੇ ਉਹਨਾਂ ਤੇ ਸਵਾਲ ਨਹੀਂ ਉਠਾਉਣੇ ਚਾਹੀਦੇ ਮੈਨੂੰ ਲੱਗਦਾ ਉਹਨਾਂ ਨੂੰ ਹੱਲਾਸ਼ੇਰੀ ਤੇ ਹੌਸਲਾ ਅਫਜ਼ਾਈ ਉਹਨਾਂ ਦੀ ਕਰਨੀ ਚਾਹੀਦੀ ਆ ਬਾਈ ਜੀ ਇਹ ਸਾਰੀ ਜਿਹੜੀ ਗੱਲਬਾਤ ਆ ਉਹਦੇ ਵਿੱਚੋਂ ਸਿੱਟਾ ਤਾਂ ਅਸੀਂ ਤਾਂ ਇਹ ਕੱਢਦੇ ਆ ਬਈ ਜਿਸ ਤਰੀਕੇ ਦੇ ਨਾਲ ਕੇਂਦਰ ਦਾ ਨਜ਼ਰੀਆ ਪੰਜਾਬ ਦੇ ਪ੍ਰਤੀ ਜਾਂ ਨਜ਼ਰਾਂ ਪੰਜਾਬ ਦੇ ਪ੍ਰਤੀ ਉਹ ਕੋਈ ਬਹੁਤ ਸੁਲੱਖਣੀਆਂ ਹੈ ਨੀ ਹਾਂਜੀ ਤੇ ਅਸੀਂ ਇਹ ਚਾਹੁੰਦੇ ਹਾਂ ਜੀ ਕਿ ਦੂਰੀਆਂ ਖਤਮ ਹੋਣ ਕਿਸਾਨ ਜਥੇਬੰਦੀਆਂ ਵਿਚਲੀਆਂ ਵੀ ਤੇ ਕਲਾਕਾਰ ਭਾਈਚਾਰੇ ਵਿਚਲੀਆਂ ਵੀ ਤੇ ਨਤੀਜਾ ਜਿਹੜਾ ਉਹ ਚੰਗਾ ਨਿਕਲੇ ਤੇ ਉਹ ਪੰਜਾਬ ਪੱਖੀ ਹੋਵੇ ਤੇ ਪੰਜਾਬ ਹੱਸਦਾ ਵਸਦਾ ਰਵੇ ਤੇ ਪੰਜਾਬ ਦੇ ਖੇਤਾਂ ਦੇ ਵਿੱਚ ਫਸਲਾਂ ਲਹਿਲਹਾਉਂਦੀਆਂ ਰਹਿਣ ਪੰਜਾਬ ਦੇ ਕਿਸਾਨ ਬਚੇ ਰਹਿਣ ਕਿਉਂਕਿ ਜੇਕਰ ਪੰਜਾਬ ਦੀ ਕਿਸਾਨੀ ਨਾ ਬਚੀ ਤਾਂ ਬਚਣਾ ਕਿਸੇ ਨੇ ਵੀ ਨੀ ਨਾ ਕਲਾਕਾਰਾਂ ਨੇ ਨਾ ਪੱਤਰਕਾਰਾਂ ਨੇ ਨਾ ਲੀਡਰਾਂ ਨੇ ਨਾ ਕਿਸੇ ਨੇ ਵੀ ਨੀ ਬਚਣਾ ਸੋ ਅਸੀਂ ਚਾਹੁੰਦੇ ਹਾਂ ਜੀ ਕਿ ਤੁਸੀਂ ਨੱਠ ਕੇ ਕੰਮ ਕਰਦੇ ਰਹੋ ਤੇ ਜਿਹੜੇ ਵੀ ਗਾਹੇ ਬਗਾਹੇ ਤੁਹਾਡੇ ਉੱਤੇ ਦੋਸ਼ ਲੱਗਦੇ ਤੇ ਉਹਨਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੋ ਨਹੀਂ ਬਾਈ ਜੀ ਦੇਖੋ ਦੋਸ਼ ਆਏ ਹੁੰਦੇ ਆ ਇਹ ਗੱਲ ਹੀ ਕਹਿਣੀ ਹੁੰਦੀ ਆ ਤੇ ਹਿਊਮਨ ਸਾਈਕੀ ਆ ਦੇਖੋ ਸਾਈਕੋਲੋਜੀ ਨੂੰ ਮੈਂ ਪੜ੍ਹਿਆ ਹਨਾ ਹਿਊਮਨ ਸਾਈਕੀ ਹਮੇਸ਼ਾ ਹੀ ਨੈਗੇਟਿਵਿਟੀ ਨੂੰ ਪਹਿਲਾਂ ਚੱਕੂਗੀ ਔਰ ਮਾਈਂਡ ਪ੍ਰੈਜੁਡਿਸ ਹੋ ਜਾਂਦੇ ਆ ਇਹ ਤਾਂ ਸਮਾਂ ਹੀ ਦੱਸਦਾ ਹੁੰਦਾ ਔਰ ਸਮਾਂ ਬੜਾ ਬਲਵਾਨ ਆ ਸਮੇਂ ਨੇ ਸਭ ਦੱਸ ਦੇਣਾ ਵੀ ਮੈਂ ਸਹੀ ਹਾਂ ਉਹ ਦੋਸ਼ ਸਹੀ ਸੀ ਜਾਂ ਕਿੱਥੇ ਕੁ ਖੜੇ ਆ ਆਪਾਂ ਸੋ ਬਾਹਲੀਆਂ ਸਫਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਹਨਾ ਵਾਰੀ ਵਾਰੀ ਇਹੀ ਇੱਕੋ ਹੀ ਗੱਲ ਕਰੀ ਜਾਣੀ ਸੋ ਆਈ ਥਿੰਕ ਕੋਈ ਨੀ ਇੱਥੇ ਹੀ ਬੈਠੇ ਹਾਂ ਪੰਜਾਬ ਚ ਹੀ ਹਾਂ ਇੱਥੇ ਹੀ ਰਹਿ ਰਹੇ ਹਾਂ ਸਮਾਂ ਦੱਸ ਜੂਗਾ ਕਿੱਧਰ ਨੂੰ ਆਪਾਂ ਜਾਂਦੇ ਹਾਂ ਸੋ ਮੇਰੇ ਖਿਆਲ ਚ ਕੁਛ ਗੱਲਾਂ ਸਮੇਂ ਤੇ ਛੱਡ ਦੇਣੀਆਂ ਚਾਹੀਦੀਆਂ ਬਿਲਕੁਲ ਸਹੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਚਾਹੀਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ ਇਹ ਜ਼ਰੂਰ ਮੈਨੂੰ ਵਧੀਆ ਲੱਗਿਆ ਜੀ ਤੁਹਾਨੂੰ ਦੋਵਾਂ ਨੂੰ ਮਿਲ ਕੇ ਤੁਸੀਂ ਬੜੇ ਹਸਮੁਖ ਵੀ ਹੋ ਤੇ ਜ਼ਿੰਦਾ ਦਿਲ ਹੋ ਤੇ ਗੱਲਾਂ ਵੀ ਵਧੀਆ ਹੋਈਆਂ ਸੋ ਇੱਕ ਵਾਈਬਸ ਵੀ ਹੁੰਦੀਆਂ ਹਨਾ ਸੋ ਆਈ ਰੀਲੀ ਇੰਜੋਏ ਇਟ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਸਮਾਂ ਕੱਢਣ ਦੇ ਲਈ ਧੰਨਵਾਦ ਦਿਲੀ ਮਿਹਰਬਾਨੀ ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ ਤੇ ਫਿਲਹਾਲ ਲਈ ਪ੍ਰੋਗਰਾਮ ਨੂੰ ਸਮੇਟਦਿਆਂ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ ਤਿੰਨਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ